हुक्म लाले परवरिश है सब दियो की ये दी बड़ियाई कोई कर लू की बड़ियाई करे कहने वाले तेरे रहे समाए बड़े मेरे साहेबा बड़े मेरे साहेबा गहर गंभीरा गुणी गहीरा गहर गंभीरा तेरी गहराई है बहुत ऐनी है और इना तो गंभीर है एनी गहरा मैं बहुत गहरा गहरा बोलता ही नहीं चुप है फिर भी लोग अड्डिया हंकार दलां करते ने पल्ले कुछ भी नहीं तू कदे अपने मुंह तो अपनी वड्याई की गल नहीं की वड्याई किसी बख्शी है दर्शन करवाया है वड्याई का सिर्फ वो नाम ना जोड़ के वो भी नाम ना जोड़ के दसिया कुछ नहीं जे दसना जे कहने तक देखना आ नाम दे नाल जुड़ जा थोड़ा जा आपे पता लग जू नाम की कर रहा है ये तो सारा अंदाजा ला ली गैर गंभीरा गुणी गहीरा कोई ना जाना है तेरा केता के गुणी गहीरा है जिथे जावा ओदे गुणे गुण देखण नूं मिलदे ने ओगण कोई है नहीं बुराई कोई है ही नहीं ओदे विच गुणां दा ही भरिया पिया कोई ना जाने तेरा केता केवट जीरा पहला तो यही नहीं कोई जानता आ जड़ा संसार रचना है किड्डा वड्डा है जीरा जीरा उहदे विचों ही है ना पार्ट है तेरा हिस्सा जड़ा चीर के ते अड कीता होया अपने नूं वखरा कीता संसार यही नहीं कोई दस सकदा किड्डा वड्डा है तेनूं तां की दसीए हुण यही नहीं कोई जानदा तेरा किता जरा तेरा बनाया के किड्डा वड्डा है रहो सब सुरती मिल सुरत कमाई जिन्ने भी सुरते थे तेरे ना सुरत ध्यान जोड़न वाले सी ध्यानिया ने सुरते जोड़ जोड़ के बथेरे थक ले कमाई कर ली मिल सुरत कमाई मिल के कठे होके जोगी ध्यान लाने ते कठे होके लाने सी तो मिल के भी ध्यान ला के देख लिया सुरत कमाई सबकी कितने तक है अंत को पावन जो गए कितने तक है देखने की कोशिश की थी पर नहीं पता समझ नहीं आई सबकी मत मिलो कीमत पाई सब ਇੱਥੇ ਪੜ੍ਹਦੇ ਨੇ ਸਭ ਕੀਮਤ ਮਿਲ ਕੀਮਤ ਪਾਈ ਗਲਤ ਪੜ੍ਹਦੇ ਨੇ ਸਾਰੇ ਸਭ ਕੀ ਮਤ ਮਿਲ ਕੀਮਤ ਪਾਈ ਸਾਰਿਆਂ ਦੀ ਮਤ ਉਹ ਮਿਲ ਕੇ ਕਰਦੇ ਤੇ ਨਾ ਧਿਆਨ ਸਾਰਿਆਂ ਨੇ ਆਪਣੀ ਅਕਲ ਮਿਲਾ ਕੇ ਵੀ ਕੀਮਤ ਪਾ ਕੇ ਦੇਖ ਲਈ ਸਾਰਿਆਂ ਨੇ ਰਹਿ ਕਰਕੇ ਇਕੱਠੇ ਬੈਠ ਕੇ ਕੀਮਤ ਪਾਉਣ ਦੀ ਕੋਸ਼ਿਸ਼ ਕੀਤੀ ਇੰਨੀਆਂ ਮਤਾਂ ਨੇ ਸਭ ਕੀ ਮਤ ਮਿਲ ਕੀਮਤ ਪਾਈ ਕੀਮਤ ਪਾ ਕੇ ਦੇਖ ਲਈ ਜਾਨੀ ਤੇ ਸਭ ਕੀਮਤ ਮਿਲ ਕੀਮਤ ਕਹੀ ਆ ਕੀਮਤ ਨੂੰ ਕੀਮਤ ਕਵੇ ਕੀਮਤ ਨਾ ਮਿਲ ਜੂ ਕੀਮਤ ਤਾਂ ਮਿਲਾ ਕੀਮਤ ਪਾਈ ਹੁੰਦਾ ਫਿਰ ਪਾਠ ਇੱਥੇ ਕੀਮਤ ਵਰ ਕਿਹਨੇ ਪਾਈ ਸਭ ਕੀਮਤ ਮਿਲ ਕੀਮਤ ਪਾਈ ਸਭ ਕੀਮਤ ਨੇ ਮਿਲ ਕੇ ਕੀਮਤ ਪਾਈ ਕੀਮਤ ਤਾਂ ਜੜ ਹੁੰਦੀ ਹੈ ਕੀਮਤ ਪਾਊਗਾ ਚੇਤਨ ਇੱਕ ਕੀਮਤ ਇੱਕੋ ਕੀਮਤ ਹੈ ਦੂਈ ਮਤ ਹੈ ਸਭ ਕੀ ਮਤ ਮਤ ਚੇਤਨ ਹੁੰਦੀ ਹੈ ਸਭ ਕੀ ਮਤ ਸਭ ਨੇ ਆਪਣੀ ਮਤ ਮਿਲਾ ਕੇ ਇੱਕ ਜਗ੍ਹਾ ਸਾਰਿਆਂ ਨੇ ਇਕੱਠੇ ਹੋ ਕੇ ਜੀਵਾਂ ਨੇ ਕੀਮਤ ਪਾ ਕੇ ਦੇਖ ਲਈ ਜਿਹਨੇ ਭਗਤ ਨੇ ਜਿੰਨੀਆਂ ਮਤਾਂ ਨੇ ਉਹਨਾਂ ਚ ਕੌਣ ਕੌਣ ਨੇ ਜਿਹਨਾਂ ਨੇ ਕੀਮਤ ਪਾਈ ਹੈ ਗਿਆਨਵਾਨ ਨੇ ਗਿਆਨੀ ਗਿਆਨੀ ਧਿਆਨੀ ਗੁਰ ਗੁਰ ਹਾਈ ਕੀਮਤ ਪਾਉਣ ਵਾਲਿਆਂ ਵਿੱਚ ਗਿਆਨਵਾਨ ਵੀ ਸਾਰੇ ਆ ਗਏ ਧਿਆਨ ਜੋੜਨ ਵਾਲੇ ਵੀ ਸਾਰੇ ਆ ਗਏ ਧਿਆਨੀ ਗੁਰ ਦੁਨੀਆਂ ਨੂੰ ਉਪਦੇਸ਼ ਕਰਨ ਵਾਲੇ ਵੀ ਆ ਗਏ ਗੁਰ ਗੁਰ ਹਾਈ ਉਹਨਾਂ ਦੇ ਗਹੋ ਗੁਰ ਵੀ ਆ ਗਏ ਜਿਹੜੇ ਅੱਜ ਉਪਦੇਸ਼ ਕਰਦੇ ਨੇ ਜਿਹਨਾਂ ਨੂੰ ਉਪਦੇਸ਼ ਕਰਨ ਵਾਲੇ ਹੋਰ ਪਿੱਛੇ ਬੈਠੇ ਨੇ ਜੋ
108 ਔਰ 1008 1008 ਹੋ ਰਹੇ ਜਿਹਨਾਂ ਨੂੰ ਪੜਾਏ ਹੋਏ ਜਿਹਨਾਂ ਦੇ 108 ਨੇ 108 ਵਾਲਿਆਂ ਦੇ ਗੁਰੂ 108 ਨੇ ਜਿਹੜੇ ਉਹ ਗੁਰ ਹਾਈ ਨੇ ਜਿਹੜੇ ਉਹ ਸਾਰਿਆਂ ਨੇ ਇਕੱਠੇ ਹੋ ਕੇ ਕੀਮਤ ਪਾ ਲਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਤੇਰੀ ਤਿਲ ਜਿੰਨੀ ਵੀ ਵਡਿਆਈ ਨਹੀਂ ਕਰ ਸਕੇ ਉਹਨਾਂ ਚਿਰ ਨਹੀਂ ਕਰ ਸਕੇ ਜਿੰਨਾ ਚਿਰ ਆਪਣੀ ਵਡਿਆਈ ਤੈ ਆਪ ਨਹੀਂ ਬਖਸ਼ਤੀ ਕਿਸੇ ਨੂੰ ਜਿੰਨਾ ਚਿਰ ਨਾਮ ਕਰ ਜਿੰਨਾ ਚਿਰ ਤਾਂ ਆਪਣਾ ਨਾਮ ਬਿਨਾਂ ਕੰਨਾਂ ਤੇ ਸੁਣਨ ਵਾਲੀ ਬਾਣੀ ਉਹਨਾਂ ਨੂੰ ਨਹੀਂ ਦਿੱਤੀ ਜਿੰਨਾ ਚਿਰ ਆਪਣੀ ਵਡਿਆਈ ਤੈ ਆਪ ਨਹੀਂ ਉਹਨਾਂ ਨੂੰ ਦੱਸੀ ਉਹਨਾਂ ਤੇ ਆਪਣੀ ਵਡਿਆਈ ਆਪ ਨਹੀਂ ਕਰਵਾਈ ਕੋਈ ਉਹਦੀ ਵਡਿਆਈ ਨਹੀਂ ਕਰ ਸਕਦਾ ਆਪਣੇ ਲੈਵਲ ਤੇ ਇਹਦਾ ਵੀ ਇਹੀ ਮਤਲਬ ਹੈ ਇਹੀ ਗੱਲ ਸੁਖਮਨੀ ਸਾਹਿਬ ਚ ਖੋਲੀ ਹੈ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਗਿਆਨੀ ਧਿਆਨੀ ਸਾਰੇ ਮਿਲ ਕੇ ਕਾਕੇ ਦੇਖਣ ਨਹੀਂ ਹੋ ਸਕਦਾ ਉਹ ਚਾਹੇ ਜਾ ਉਹ ਚਾਹੁੰਦਾ ਫਿਰ ਅਰਦਾਸ ਤੇ ਵੀ ਕਰਾ ਲੈਂਦਾ ਫਿਰ ਅਰਦਾਸ ਤੇ ਕਰਾ ਲੈਂਦਾ ਜਿਹਨੂੰ ਪੁੱਛਦਾ ਕੋਈ ਨੀ ਉਹ ਤੇ ਕਰਵਾ ਲੈਂਦਾ ਉਹ ਕਬੀਰ ਤੇ ਕਰਵਾ ਲੈਂਦਾ ਉਹ ਨਾਮਦੇਵ ਤੇ ਕਰਵਾ ਲੈਂਦਾ ਨਾਮਦੇਵ ਜਿਹੜਾ ਕਹਿੰਦਾ ਆੜ ਦੇ ਦਾਮ ਕੋ ਜੀਵ ਨੂੰ ਭਿਓਲਾ ਖੀਣ ਉਹ ਮੈਨੂੰ ਤਾਂ ਫੁੱਟੀ ਕੌਡੀ ਬਰਾਬਰ ਨਹੀਂ ਸੀ ਮੈਦਾ ਹੈਗਾ ਜਦੋਂ ਵਡਿਆਈ ਕਰਾਉਂਦਾ ਜਿਹਨੂੰ ਫੁੱਟੀ ਕੌਡੀ ਨਹੀਂ ਸਮਝਦੇ ਵਿਦਵਾਨ ਉਹ ਤੋਂ ਕਰਾ ਲੈਂਦਾ ਨਹੀਂ ਕਰ ਸਕਦੇ ਸਾਰੇ ਇਕੱਠੇ ਹੋ ਕੇ ਨਹੀਂ ਕਰ ਸਕਦੇ ਜੇ ਇਸ ਗੱਲ ਦਾ ਭੇਜ ਜਾਣਦੇ ਹੁੰਦੇ ਤਾਂ ਪਾਠ ਦਰੁਸਤ ਹੋ ਜਾਂਦਾ ਜੇ ਗੱਲ ਸਾਰੀ ਦਾ ਸਮਝ ਆਉਂਦੀ ਨਾ ਜੇ ਗੁਰਮਤਿ ਦੀ ਸਮਝ ਆਉਂਦੀ ਤਾਂ ਪਾਠ ਕਦੇ ਗਲਤ ਨਾ ਕਰਦੇ ਤੂੰ ਪਤਾ ਲੱਗਦਾ ਇਹਨੂੰ ਗੁਰਮਤਿ ਬਿਲਕੁਲ ਸਮਝ ਨਹੀਂ ਹੈ ਕਿਸੇ ਨੂੰ ਉਹ ਵਿੱਚ ਜਿਹੜੇ ਤੁਰੇ ਫਿਰਦੇ ਦਮਾਲੇ ਬਣ ਕੇ ਦਰਸ਼ਨ ਸੋ ਵਰਗੇ ਇਹ ਵਿੱਚੇ ਹੀ ਨੇ ਸਾਰੇ ਕਿਸੇ ਨੂੰ ਨਹੀਂ ਪਤਾ ਹੈ ਗੁਰਮਤਿ ਕੀ ਕਹਿੰਦੀ ਹੈ ਇਹ ਕਹਿੰਦੀ ਹੁੰਦੀ ਪਾਠ ਸ਼ੁੱਧ ਕਰ ਲੈਂਦੇ ਉਹਨੂੰ ਗੱਲਾਂ ਦੀਆਂ ਐ ਰੌਲਾ ਪਾਉਣ ਵਾਲੀਆਂ ਵੀ ਵਾਹੀ ਕਰੋ ਪੈ ਗਏ ਤੁਸੀਂ ਖੇੜੇ ਦਾ ਆਦਾ ਤੁਸੀਂ ਕੀਤਾ ਨੀ ਹੁਣ ਤਾਈ ਤੂੰ ਜਾਇਦਾਰ ਸੀ ਅਕਾਲ ਦਲ ਦਾ ਫਿਰ ਕੀ ਕਰਦਾ ਰਿਹਾ ਤੂੰ ਉੱਥੇ ਬੈਠਾ ਸਭ ਉਹੀ ਲੰਬੋੜ ਸੰਖ ਨੇ ਫੂਕ ਮਾਰਦਾ ਕੋਈ ਆ ਵੱਜਦੇ ਸੰਖ ਆਪ ਨੀ ਨਾ ਵੱਜਦਾ ਹੁੰਦਾ ਵਜਾਇਆ ਵੱਜਦਾ ਹੁੰਦਾ ਇਹ ਵਜਾਏ ਵੱਜਣ ਵਾਲੇ ਸੰਖ ਨੇ ਸਾਰੇ ਖਬਰਾਂ ਕੌਣ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਕਿਸੇ ਨੂੰ ਕੋਈ ਵਜਾਉਂਦਾ ਉਹ ਕਹਿੰਦਾ ਇਹਨੂੰ ਉਹ ਵਜਾਉਂਦਾ ਉਹ ਕਹਿੰਦਾ ਉਹਨੂੰ ਉਹ ਵਜਾਉਂਦਾ ਜਿੰਨਾ ਚਿਰ ਦੁਨੀਆ ਬਜਾਈ ਵੱਜਦੀ ਹੈ ਜਿੰਨਾ ਚਿਰ ਦੀਨ ਨਾਲ ਨਹੀਂ ਜੁੜਿਆ ਆਇਆ ਵਜਾਇਆ ਵੱਜਦਾ ਹੈ ਇਹ ਵਜਾਇਆ ਹੀ ਵੱਜੂਗਾ ਜੇ ਪਰਮੇਸ਼ਰ ਵਜਾਵੇ ਜਾਂ ਤਾਂ ਜਾਂ ਫਿਰ ਇਹਨੂੰ ਕੋਈ ਮਾਇਆ ਵਜਾਵੇ ਜਾਂ ਕਿਸੇ ਦਾ ਭੈ ਵਜਾਵੇ ਜਾਂ ਕਿਸੇ ਦੀ ਲਿਹਾਜ ਵਜਾਵੇ ਜਾਂ ਇਹਦਾ ਸਵਾਰਥ ਵਜਾਵੇ ਕੋਈ ਤਾਂ ਵਜਾਊ ਇਹ ਤਾਂ ਵੱਜਦੇ ਨੇ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ ਕਹਿੰਦਾ ਤੂੰ ਵੀ ਨਾਲ ਹੀ ਹੈ ਬਾਈ ਵਿੱਚ ਹੀ ਹੈ ਤੂੰ ਵੀ ਦੁਨੀ ਦੇ ਪਰ ਸੋਈ ਜੀ ਉਹਨਾਂ ਵੱਜਦਾ ਜਸੱਲਾ ਕਰਦਾ ਹਾਂ ਜਸੱਲਾ ਕਰਦਾ ਸਾਰ ਉਹ ਅੱਲਾ ਦਾ ਵਜਾਇਆ ਵੱਜਦਾ ਉਹ ਕਹਿੰਦੇ ਵੱਜੂਗਾ ਜੇ ਉਹਦੇ ਵਜਾਏ ਵੱਜਦੇ ਤਾਂ ਦਰੁਸਤ ਕਰ ਲੈਂਦੇ ਰੌਲਾ ਪਾਈ ਜਾਂਦੇ ਹੋ ਤੁਸੀਂ ਤੁਹਾਡੇ ਪੱਲੇ ਕੀ ਹੈ ਹੁਣ ਤੱਕ ਕੱਖ ਨਹੀਂ ਦੇ ਰਹੇ ਪੱਲੇ ਕਿਸੇ ਦੇ ਵੀ ਹੱਥ ਪਾਉਂਦੇ ਨੇ ਬਾਹਰ ਨੂੰ ਆਹੀ ਦਰੁਸਤ ਕਰ ਲੈਂਦੇ ਤੁਸੀਂ ਪਾਠ ਹੋਰ ਤੁਸੀਂ ਸਵਾਹ ਦਰੁਸਤ ਕਰ ਲਓਗੇ ਵਿਗਾੜ ਦੋਗੇ ਤੁਸੀਂ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਸਿੱਧਪੁਰਖ ਨੇ ਜਿਹੜੇ ਸਮਝਦਾਰ ਨੇ ਉਹਨਾਂ ਦੀ ਵਡਿਆਈ ਲੋਕ ਕਰਦੇ ਹੀ ਨੇ ਕਰਦੇ ਨੇ ਸੰਸਾਰੀ ਵਡਿਆਈਆਂ ਨੇ ਉਹਨਾਂ ਦੀਆਂ ਸਭ ਸੱਤ ਸਭ ਤਪ ਸਭ ਚੰਗਿਆਈਆਂ ਚੰਗਿਆਈਆਂ ਦੀਆਂ ਤਪ ਦੀਆਂ ਸਾਦੀਆਂ ਵਡਿਆਈਆਂ ਹੁੰਦੀਆਂ ਨੇ ਸਿੱਧਪੁਰਖ ਹੁੰਦੇ ਨੇ ਇਹ ਲੋਕ ਸਮਝਦਾਰ ਹੋ ਜਾਂਦੇ ਨੇ ਆਮ ਪਬਲਿਕ ਨੂੰ
ਸਿੱਧ ਪੁਰਖ ਉਹਨੂੰ ਕਹਿੰਦੇ ਨੇ ਜਿਹੜੇ ਆਮ ਪਬਲਿਕ ਨੂੰ ਤਾਂ ਗਿਆਨ ਦੇ ਸਕਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਉਹਨਾਂ ਦੇ ਆਤਮ ਗਿਆਨੀ ਨਹੀਂ ਹੁੰਦੇ। ਦੁੱਧ ਬਿਨ ਸਿੱਧੀ ਕਿਵੇਂ ਨਾ ਪਾਈਆ, ਇਹ ਦੱਸਦੇ ਨੇ, ਇੰਨੀ ਉਹ ਗੱਲ ਦੱਸਦੇ ਨੇ ਕਿ ਭਾਈ ਮਾੜੇ ਕੰਮ ਨਾ ਕਰੋ। ਇਹਦਾ ਮਤਲਬ ਇਹ ਨਹੀਂ ਹੈਗਾ ਬਈ ਆਇਓ ਆਪਾਂ ਆਏ ਹਾਂ ਜੀਵਨ ਚਲੇ ਜਾਣਾ ਇੱਥੇ ਲੈ ਕੁਛ ਨਹੀਂ ਜਾਣਾ। ਮੋਟੀਆਂ ਮੋਟੀਆਂ ਗੱਲਾਂ ਕਰਦੇ ਨੇ। ਠੀਕ ਠੀਕ ਵੈਰ ਵਿਰੋਧ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ, ਉਹ ਚੰਗੀਆਂ ਗੱਲਾਂ ਨੇ, ਇਹ ਚੰਗਾ ਉਪਦੇਸ਼ ਕਰਦੇ ਨੇ, ਆਪ ਵੀ ਚੰਗੇ ਹੁੰਦੇ ਨੇ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਬਈ ਉਹ ਪਾਸ ਹੋ ਗਏ। ਪਾਸ ਨਹੀਂ ਹੋਏ, ਪਾਸ ਦਾ ਘਰ ਬਹੁਤ ਦੂਰ ਹੈ, ਉਹ ਤੁਰੇ ਹੋਏ ਨੇ ਰਾਹ ਦੇ ਵਿੱਚ। ਠੀਕ ਹੈ ਤੁਰੇ ਹੋਏ ਨੇ ਉਧਰ ਨੂੰ, ਪਰ ਪਾਸ ਦਾ ਘਰ ਬਹੁਤ ਦੂਰ ਹੈ। ਪਾਸ ਹੋਏ ਉਹਨੇ ਜਿਹਨਾਂ ਦੀਆਂ ਬਾਣੀ, ਪਾਸ ਵਾਲੇ ਗੱਲ ਹੋਰ ਹੈ। ਦੁੱਧ ਬਿਨਾ ਸਿੱਧੀ ਕਿਨੇ ਨਾ ਪਾਈ ਆ, ਪਰ ਤੇਤੋਂ ਬਿਨਾਂ ਤਾਂ ਸਿੱਧੀ ਨੀ ਕਿਸੇ ਨੇ ਪਾਈ। ਉਹਨਾਂ ਨੂੰ ਸਿੱਧੀ ਕਿੱਥੋਂ ਮਿਲੀ ਹੈ? ਸਿੱਧ ਪੁਰਖਾਂ ਨੂੰ, ਉਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਸਿੱਧੀ ਦਿੱਤੀ ਹੈ। ਇਹ ਜਿਹੜੇ ਬਣੇ ਫਿਰਦੇ ਨੇ ਸੰਤ, ਇਹ ਸੰਸਾਰੀ ਸੰਤ ਨੇ, ਸੰਸਾਰ ਦੇ ਲੋਕਾਂ ਨੇ ਇਹਨਾਂ ਨੂੰ ਬ੍ਰਹਮ ਗਿਆਨੀ ਦੀ ਪਦਵੀ ਦਿੱਤੀ ਹੈ, ਪਰਮੇਸ਼ਰ ਨੇ ਨਹੀਂ ਦਿੱਤੀ ਹੈ। ਇੱਕ ਤਾਂ ਉਹਤੋਂ ਮਿਲਦੀ ਹੈ ਸਿੱਧੀ, ਇੱਕ ਸੰਸਾਰ ਤੋਂ ਮਿਲਦੀ ਹੈ ਸਿੱਧੀ। ਦੋ ਕਿਸਮ ਦੀਆਂ ਸਿੱਧੀਆਂ ਹੁੰਦੀਆਂ, ਸੰਸਾਰ ਦੇ ਲੋਕਾਂ ਦਾ ਕੀ ਹੈ? ਇਹਨਾਂ ਦਾ ਕੀ ਹੈ? ਇਹ ਤਾਂ ਹਰ ਮਾਂ ਨੂੰ ਆਪਣਾ ਪੁੱਤ ਚੰਦ ਲੱਗਦਾ ਹੀ ਹੈ, ਉਹਦੇ ਵਾਸਤੇ ਤਾਂ ਉਹੀ ਚੰਦ ਹੈ ਚਾਹੇ ਜਿਹੋ ਜਿਹਾ ਮਰਜ਼ੀ ਹੋਵੇ। ਇਹ ਤਾਂ ਸੰਸਾਰ ਦੀ ਦ੍ਰਿਸ਼ਟੀ ਹੈ, ਸੰਸਾਰ ਦੀ ਦ੍ਰਿਸ਼ਟੀ ਇਹੋ ਜਿਹੀ ਹੁੰਦੀ ਹੈ। ਉਹਨੂੰ ਜਿਹਦੇ ਨਾਲ ਜੁੜਿਆ ਹੋਇਆ ਉਹੀ ਚੰਗਾ ਲੱਗਦਾ ਉਹਨੂੰ ਤਾਂ। ਇਹ ਸੰਸਾਰ ਦੇ ਸੰਤ ਨੇ, ਸੰਸਾਰੀ ਨੇ, ਇਹਨਾਂ ਨੂੰ ਸੰਸਾਰ ਦੇ ਲੋਕਾਂ ਨੇ ਪ੍ਰੋਜੈਕਟ ਕਰਤਾ ਜੀ ਇਹ ਬ੍ਰਹਮ ਗਿਆਨੀ ਨੇ, ਸੰਤ ਨੇ। ਇਹਦਾ ਮਤਲਬ ਇਹ ਨਹੀਂ ਹੈ ਬ੍ਰਹਮ ਗਿਆਨੀ ਨੇ ਸੰਤ ਨੇ, ਇਹਦਾ ਫੈਸਲਾ ਕੌਣ ਕਰੂਗਾ? ਖੋਟੇ ਖਰੇ ਦਾ ਫੈਸਲਾ ਕੌਣ ਕਰੂਗਾ? ਗੁਰਬਾਣੀ ਕਹਿੰਦੀ ਹੈ ਇਹੀ ਭਰਮ। ਜੇ ਉਹਨਾਂ ਨੇ ਮੰਨ ਲਿਆ ਸੀ ਸੰਤ ਤਾਂ ਉਹ ਡੁੱਬ ਗਏ ਫਿਰ, ਜਿਹੜਾ ਇਹ ਵੀ ਗੱਲ ਹੈ ਨਾਲ, ਜਿਹੜਾ ਸੰਸਾਰ ਦੇ ਲੋਕਾਂ ਦੇ ਸੰਤ ਕਹਿੰਦੇ ਆਪਣੇ ਆਪ ਨੂੰ ਸੰਤ ਮੰਨ ਲਵੇ ਉਹ ਡੁੱਬ ਗਿਆ, ਇਹ ਵੀ ਗੱਲ ਹੈ ਨਾਲ। ਸ਼ਾਂਤੀ ਉਹਨੂੰ ਮਿਲੀ ਨੀ, ਸੰਤੋਂ ਨੇ ਮੰਨ ਲਿਆ, ਉਹਨਾਂ ਲੋਕਾਂ ਦੇ ਕਹੇ ਤੇ, ਅੰਨਿਆਂ ਦੇ ਕਹੇ ਤੇ, ਆਪਣੇ ਚੇਲਿਆਂ ਦੇ ਕਹੇ ਤੇ ਸੰਤ ਮੰਨ ਲਿਆ ਉਹਨੇ ਆਪਣੇ ਆਪ ਨੂੰ। ਏਡੋ ਵੱਡਾ ਮੂਰਖ ਕੋਈ ਨੀ ਹੈ ਫਿਰ, ਜੇ ਉਹ ਆਪਣੇ ਆਪ ਨੂੰ ਸੰਤ ਮੰਨਦਾ ਏਡੋ ਵੱਡਾ ਮੂਰਖ ਵੀ ਕੋਈ ਨੀ ਹੈ। ਡਾਕਟਰ ਕਹਿੰਦਾ ਵੀ ਇਹ ਠੀਕ ਹੈ, ਮਰੀਜ਼ ਨੂੰ ਘਰ ਨੂੰ ਲੈ ਜਾਓ, ਕਹਿੰਦਾ ਮੇਰਾ ਦਰਦ ਹਟਿਆ ਨੀ ਪੇਟ ਦਾ, ਮੈਨੂੰ ਪਤਾ ਮੈਨੂੰ ਕੀ ਤਕਲੀਫ ਹੈ। ਜੇ ਤੈਨੂੰ ਸ਼ਾਂਤੀ ਮਿਲੀ ਨੀ ਤੂੰ ਕਿਵੇਂ ਮੰਨਦਾ ਮੈਂ ਸੰਤਾਂ? ਭਗਤਾਂ ਨੇ ਆਪਣੇ ਆਪ ਨੂੰ ਸੰਤ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਭਗਤ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਕਹਿਣ ਦਿੱਤਾ, ਭਗਤਾਂ ਨੇ ਆਪਣੇ ਆਪ ਨੂੰ ਦਾਸ ਮੰਨਿਆ। ਜਿਹੜਾ ਭਗਤਾਂ ਨੂੰ ਦਾਸ ਕਹਿੰਦਾ ਤਾਂ ਖੁਸ਼ ਤੇ, ਜੇ ਭਗਤ ਕਹਿੰਦਾ ਸੀ ਗੁਰੂ ਕਹਿੰਦਾ ਤਾਂ ਰਾਜ ਤੇ, ਕਿਉਂਕਿ ਵੱਡਾ ਬਣਨਾ ਜਿਹੜਾ ਹੈ ਹੰਕਾਰ ਦਾ ਪ੍ਰਤੀਕ ਹੈ। ਉਹ ਕਹਿੰਦਾ ਤੂੰ ਟੀਕਾ ਲਾਉਣਾ ਜ਼ਹਿਰ ਦਾ,